ਇੱਕ ਘਰ ਦੇ ਵਿੱਚ ਵੜ ਕੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਤੇ ਨਾਲ ਹੀ ਘਰ ਦੇ ਵਿੱਚ ਵੜ ਕੇ ਭੰਨ ਤੋੜ ਵੀ ਕੀਤੀ ਗਈ ਹੈ। ਹਾਲਾਂਕਿ ਜਦੋਂ ਇਹ ਭੰਨ ਤੋੜ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਘਰ ਦੇ ਵਿੱਚ ਕੇਵਲ ਔਰਤਾਂ ਹੀ ਮੌਜੂਦ ਸੀ। ਦੱਸ ਦਈਏ ਕਿ ਜੀਜਾ ਅਤੇ ਸਾਲਾ ਜਦੋਂ ਦੋਵੇਂ ਹੀ ਆਪਣੇ ਬਾਈਕ ਦੇ ਉੱਤੇ ਸਵਾਰ ਹੋ ਕੇ ਆ ਰਹੇ ਸੀ ਤਾਂ ਰਾਸਤੇ ਦੇ ਵਿੱਚ ਕੋਲ ਦੇ ਹੀ ਪਿੰਡ ਦਾ ਇੱਕ ਨੌਜਵਾਨ ਜਿਸਦੇ ਵੱਲੋਂ ਕਿ ਬਾਈਕ ਖੋਣ ਦੀ ਉਹਨਾਂ ਦੋਹਾਂ ਦੇ ਕੋਲੋਂ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਦੇ ਨਾਲ ਪਹਿਲਾਂ ਤਾਂ ਕੁੱਟਮਾਰ ਹੁੰਦੀ ਹੈ। ਹਾਲਾਂਕਿ ਉਹਨਾਂ ਦੇ ਵੱਲੋਂ ਵੀ ਜਵਾਬ ਦੇ ਵਿੱਚ ਕੁੱਟਮਾਰ ਕੀਤੀ ਜਾਂਦੀ ਹੈ ਤੇ ਇਸ ਗੱਲ ਤੋਂ ਖੁੰਦਕ ਖਾ ਕੇ ਜਿਹੜੇ ਮੁੰਡੇ ਦੇ ਵੱਲੋਂ ਬਾਈਕ ਖੋਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਫਿਰ ਸਿੱਧਾ ਆਪਣੇ ਨਾਲ ਕੁਝ ਬਦਮਾਸ਼ਾਂ ਨੂੰ ਲੈ ਕੇ ਉਸਦੇ ਘਰ ਪਹੁੰਚਦਾ ਹੈ ਤੇ ਘਰ ਪਹੁੰਚਦੇ ਸਾਰ ਹੀ ਪਹਿਲਾਂ ਤਾਂ 2-3 ਰਾਊਂਡ ਫਾਇਰ ਕੀਤੇ ਜਾਂਦੇ ਨੇ ਤੇ ਫਿਰ ਘਰ ਦੇ ਅੰਦਰ ਵੜ ਕੇ ਘਰ ਦੇ ਵਿੱਚ ਜੋ ਪਿਆ ਸਮਾਨ ਸੀ ਉਹ ਸਾਰਾ ਹੀ ਤੋੜ ਦਿੱਤਾ ਜਾਂਦਾ ਹੈ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿਨ ਦਿਹਾੜੇ ਇਹ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ। ਘਰ ਦੇ ਵਿੱਚ ਵੜ ਕੇ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ ਤੇ ਪਹਿਲਾਂ ਬਾਈਕ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਵਿਰੋਧ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਉਹ ਸਿੱਧਾ ਹੀ ਜੋ ਲੁਟੇਰਾ ਉਹ ਘਰ ਦੇ ਵਿੱਚ ਆ ਧਮਕਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਭੰਨ ਤੋੜ ਦੇ ਨਾਲ ਨਾਲ ਗੋਲੀਆਂ ਚਲਾਈਆਂ ਗਈਆਂ ਨੇ। ਤਾਂ ਅੰਮ੍ਰਿਤਸਰ ਤੋਂ ਇਹ ਮਾਮਲਾ ਸਾਹਮਣੇ ਆਇਆ। ਫਿਲਹਾਲ ਹੁਣ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੱਲ ਇਦਾਂ ਹੀ ਸਰ, ਆਪਣਾ ਨਾ ਮਤਲਬ ਮੈਂ ਤੇ ਮੇਰਾ ਸਾਲਾ ਸੀ ਛੋਟਾ ਤੇ ਮੁੰਡਿਆਂ ਨੇ ਨਾ ਸਾਡੇ ਕੋਲ ਮੋਟਰਸਾਈਕਲ ਖੋਣ ਪਏ ਪਹਿਲਾਂ ਤੇ ਉਹਨਾਂ ਨਾਲ ਝਗੜਾ ਹੋਇਆ ਤੇ ਅਸੀਂ ਹੱਥੋਂ ਪਾਈ ਹੋਏ ਸਾਡੇ ਨਾਲ ਕਿਹੜੀ ਜਗ੍ਹਾ ਖੋਣ ਪਏ ਮੋਟਰਸਾਈਕਲ? ਇਹ ਆਪਣਾ ਧਾਰਣਾ ਦੇ ਲੱਗ ਜਿਹੜਾ ਪੰਪ ਹੈਗਾ ਜੇ ਨਾ ਉਹਦੇ ਲੱਗ ਤੇ ਉਹ ਬਾਅਦ ਵਿੱਚ ਕੁੱਟਮਾਰ ਕੀਤੀ ਉਹਨਾਂ ਨੇ ਮਾਰ ਕੁੱਟ ਕੀਤੀ ਤੇ ਅਸੀਂ ਵੀ ਕੀਤੀ ਤੇ ਬਾਅਦ ਵਿੱਚ ਸਾਡੇ ਘਰ ਦੇ ਵਿੱਚ ਉਹ ਆ ਕੇ ਗੋਲੀ ਗਾਲੀ ਚਲਾ ਗਏ ਘਰ ਦਾ ਸਮਾਨ ਸਮੂਨ ਭੰਨ ਗਿਆ ਸ਼ੀਸ਼ੇ ਭੰਨ ਕੇ ਗਏ ਅਸੀਂ ਤੇ ਗੋਲੀ ਚਲਾ ਕੇ ਗਏ ਘਰ ਦੇ ਵਿੱਚ। ਘਰ ਸਾਡੇ ਲੇਡੀ ਸੀ ਮਹੀਨੇ ਕੁ ਦਾ ਮੁੰਡਾ ਵਾ ਨਾਲ ਮਾਸੀ ਸਾਸੀ ਸੀ ਤੇ ਨਾਲ ਭਾਬੀ ਜੀ ਸੀ ਉਹਨਾਂ ਨੇ ਮਤਲਬ ਮੁੰਡਾ ਭਾਇਆ ਭੱਜ ਕੇ ਬਚਿਆ ਤੇ ਮਤਲਬ ਕਿ ਉਹ ਵਾਹਲਾ ਗੋਲੀ ਗਾਲੀ ਚਲਾ ਕੇ ਨੁਕਸਾਨ ਕਰਕੇ ਗਏ। ਕਿੰਨੀਆਂ ਗੋਲੀਆਂ ਚਲਾਈਆਂ? ਗੋਲੀਆਂ ਸਰ 2-3 ਪਈਆਂ ਉੱਥੇ ਰੌਣ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਤੁਸੀਂ? ਹਾਲੇ ਕਰ ਲੱਗੇ ਆ ਸਰ। ਅਜੇ ਤੁਸੀਂ ਥਾਣੇ ਆਏ ਜੇ? ਪਿੰਡ ਧਾਰਲਾਂ ਦੀ ਗੱਲ ਤੇ ਮੋਹਾਲ ਦਾ ਮੁੰਡਾ ਗਾਂਧੀ ਦੇ ਮੁੰਡੇ ਗਾਂਧੀ ਗਾਂਧੀ ਨਾਲ ਇਸ ਤੋਂ ਪਹਿਲਾਂ ਵੀ ਤੁਹਾਡੀ ਕੋਈ ਗੱਲਬਾਤ? ਨਹੀਂ ਨਹੀਂ ਸਰ, ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨਾਲ। ਪਹਿਲੀ ਬੱਚੇ ਲੜਾਈ ਹੋਈ, ਬਸ ਲੜਾਈ ਤੋਂ ਆ ਕੰਮ ਕੀਤਾ ਇਸੇ ਇਸ਼ੂ ਨੂੰ ਲੈ ਗਈ ਇਹ ਇੱਥੋਂ ਤੱਕ ਨੋਬਤ। ਹਾਂਜੀ 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 ਸਰ। ਬੱਚਿਆਂ ਦੀ ਕਿਉਂ ਲੜਾਈ ਹੋਈ ਸੀ ਸਰ? ਤੁਹਾਨੂੰ ਦੱਸਿਆ ਮੋਟਰਸਾਈਕਲ ਤੋਂ ਹੀ ਮੋਟਰਸਾਈਕਲ ਖੋਣ ਪਏ ਆ ਉਹ ਲੁੱਟ ਖੋ ਕੇ ਕਰਨ ਪਏ। ਤੁਹਾਡਾ ਹੀ ਮੋਟਰਸਾਈਕਲ ਖੋਣ? ਹਾਂਜੀ 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 ਮੋਟਰਸਾਈਕਲ ਸਾਡਾ ਹੀ ਸਾਡਾ। ਤੁਹਾਡਾ ਮੋਟਰਸਾਈਕਲ ਹੁਣ ਕੀ ਮੰਗ ਕਰਦੇ ਜੇ ਪ੍ਰਸ਼ਾਸਨ ਕੋਲੋਂ? ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਉਹਨਾਂ ਨੂੰ ਮਤਲਬ ਜ਼ਿਆਦਾਤਰ ਜੋ ਵੀ ਨੁਕਸਾਨ ਕੀਤਾ ਜਾਂ ਤਾਂ ਉਹ ਆਪਣਾ ਨੁਕਸਾਨ ਭਰਨ ਅਤੇ ਜਾਂ ਫਿਰ ਉਹਨਾਂ ਨੂੰ ਸਜ਼ਾ ਜੋ ਵੀ ਹੈ ਉਹਨਾਂ ਦੀ ਬਣਦੀ ਉਹ ਦਿੱਤੀ ਜਾਵੇ। ਮੁੰਡੇ ਮੁੰਡੇ ਵੀਰੇ ਲੜ ਪਏ ਕਿਤੇ ਮੋਟਰਸਾਈਕਲ ਤੋਂ ਹੀ ਤੇ ਗਾਂਧੀ ਜਿਹੜਾ ਇਹਨੇ ਮੁੰਡਿਆਂ ਨੂੰ ਪਹਿਲਾਂ ਮਾਰ ਕੁੱਟ ਕੀਤੀ ਤੇ ਫਿਰ ਮੋਟਰਸਾਈਕਲ ਖੋ ਕੇ ਲੈ ਗਿਆ ਫਿਰ ਇਹਨੇ ਆਣ ਕੇ ਘਰੇ ਗੋਲੀਆਂ ਚਲਾਤੀਆਂ ਅਸੀਂ ਭੱਜ ਕੇ ਬਚੇ ਹਾਂ ਸਾਰਾ ਕੁਝ ਹੀ ਤੋੜ ਗਏ ਸਾਡਾ ਐਸੇ ਵੀ ਤੋੜ ਗਏ ਸੀਸੇ ਸਾਸੇ ਗੋਲੀਆਂ ਬਹੁਤ ਚਲਾਈਆਂ ਭੱਜ ਕੇ ਬਚੇ ਅਸੀਂ ਛੋਟੇ। ਗਾਂਧੀ ਕੌਣ ਆ ਜੀ? ਗਾਂਧੀ ਜੱਟਾਂ ਦਾ ਵਾ ਤੇ ਮੋਵਾਲ ਦਾ ਤੇ ਮੋਵਾਲ ਪਿੰਡ ਦਾ? ਹਾਂਜੀ ਤੇ ਨਾਲ ਉਹਦੇ 10-12 ਜਾਣੇ ਹੈਗੇ ਉਹਨਾਂ ਦਾ ਸਾਨੂੰ ਨਾਂ ਦਾ ਨਹੀਂ ਪਤਾ। ਕੀ ਕੰਮ ਕਰਦਾ ਗਾਂਧੀ? ਗਾਂਧੀ ਦਾ ਇੰਨਾ ਨਹੀਂ ਪਤਾ ਕੀ ਕੰਮ ਕਰਦਾ। ਕਿਉਂ ਲੜਾਈ ਕਿਉਂ ਹੋਈ? ਮੋਟਰਸਾਈਕਲ ਤੋਂ ਲੁੱਟ ਖੋ ਤੋਂ ਹੋਈ। ਲੁੱਟ ਖੋ ਕਰਨ ਵਾਸਤੇ ਪਏ? ਕੌਣ ਹੀ ਜਿਹੜੇ ਮੋਟਰਸਾਈਕਲ ਤੇ? ਕੌਣ? ਉਹ ਮੇਰਾ ਬੇਟਾ ਹੈ। ਅੱਛਾ, ਤੁਹਾਡਾ ਬੇਟਾ ਹੈ? ਹਾਂਜੀ, ਇੱਕ ਮੇਰਾ ਜਵਾਨ ਹੈ। ਤੇ ਕੀ ਮੰਗ ਕਰਦੇ ਜੀ ਹੁਣ ਤੁਸੀਂ?
ਅਸੀਂ ਇਹੋ ਹੀ ਵੀ ਜਾਂ ਉਹਨਾਂ ਨੂੰ ਕੰਜਰ ਨੂੰ ਸਜ਼ਾ ਦਿੱਤੀ ਜਾਵੇ ਜਾਂ ਸਾਡਾ ਸਮਾਨ ਭਰਾ ਦੇ। ਸਾਡੇ ਨਾਲ ਗਾਹ ਕੋਈ ਹੁਣ ਇਸ ਵਕਤ ਤੁਸੀਂ ਕਿੱਥੇ ਖੜੇ ਜੀ? ਹਾਂ ਵੇਖ ਥਾਣੇ ਆਏ ਆ ਰਿਪੋਰਟ, ਅਸੀਂ ਭੱਜ ਕੇ ਬਚੇ, ਹੁਣ ਵੀ ਉਹ ਵਾਰ ਵਾਰ ਆਉਂਦੇ ਆ ਅਤੇ ਅਸੀਂ ਮਹਾਂ ਕਿਤੇ ਟਾਈਮ ਕੱਢ ਕੇ ਹੁਣ ਆਏ ਹਾਂ ਥਾਣੇ ਆਏ, ਪਹਿਲਾਂ ਚੌਂਕੀ ਗਏ ਉੱਥੇ ਹੈ ਨਹੀਂ ਕੋਈ ਵੀ, ਹੁਣ ਅਸੀਂ ਥਾਣੇ ਆਏ।